ਲੈ ਵੀ ਦੋਸਤੋ ਆ ਗਾਣਾ ਜਾ ਨਾ ਅਸੀਂ ਇਦਾਂ ਮੋਬਾਈਲ ਤੇ ਗਾਈਦਾ ਵਾ ਕਿੱਥੇ ਚਲਾ ਗਿਆ ਓਏ ਆ ਗਾਣਾ ਜਾ ਗਾਇਆ ਸੀ ਹੁਣੇ ਅਸੀਂ ਆ ਲੋਡ ਹੋ ਰਿਹਾ ਹੈਗਾ ਮੈਂ ਜਦ ਤੱਕ ਲੋਡ ਹੁੰਦਾ ਨਾ ਤਦ ਤੱਕ ਮੈਂ ਕਿਹਾ ਆਪਾਂ ਗੱਲਾਂ ਕਰ ਲੈਂਦੇ ਹੈਗੇ ਹਾਂ ਉਹ ਯਾਰ ਮੈਨੂੰ ਨਾ ਮੇਰਾ ਦੋਸਤ ਕਹਿੰਦਾ ਮੈਂ ਨਾ ਬਟਨ ਬੁਟਨ ਖੋਲ ਕੇ ਗਾਣਾ ਗਾਣਾ ਸੀਗਾ ਸਾਰੇ ਬਟਨ ਬੁਟਨ ਖੋਲ ਕੇ ਹੈਂ ਥੱਲੇ ਮੈਂ ਦੂਜੀ ਗੋਲ ਸਟੀ ਉਹ ਪਾਣੀ ਸੀਗੀ ਬਣਾਈ ਜਿਹੜੀ ਹੁੰਦੀ ਗੋਲ ਗੱਲੇ ਵਾਲੀ ਉਹ ਕਹਿੰਦਾ ਯਾਰ ਤੈਨੂੰ ਚੰਗਾ ਨਹੀਂ ਲੱਗਦਾ ਹੈਗਾ ਕਹਿੰਦਾ ਯਾਰ ਹੈਂ ਕਹਿੰਦਾ ਇੱਦਾਂ ਨਾ ਪਾਇਆ ਕਰ ਕੱਪੜੇ ਤੂੰ ਸੋਬਰ ਜਿਹੇ ਕੱਪੜੇ ਪਾਇਆ ਕਰ ਇੱਦਾਂ ਰਿਹਾ ਕਰ ਮੈਂ ਕਿਹਾ ਮੈਂ ਬੁੜਾ ਹੋ ਗਿਆ ਓਏ ਕਹਿੰਦਾ ਮੈਂ ਤਾਂ ਬੁੜਾ ਹੋ ਗਿਆ ਬੰਦਾ ਕਹਿੰਦਾ ਮੈਂ ਤੂੰ ਬੁੜਾ ਹੋਵੇਗਾ ਬੁੜੇ ਹੁਣ ਤੇਰੇ ਰਿਸ਼ਤੇਦਾਰ ਬੰਦਾ ਕਦੀ ਬੁੜਾ ਨਹੀਂ ਹੁੰਦਾ ਹੈਗਾ ਯਾਰ ਕਿੰਨੇ ਬੰਦੇ ਉਹਨੀਆਂ ਸਲਾਹਾਂ ਦਿੰਦੇ ਨੇ ਉਹ ਯਾਰ ਇੰਟਰਟੇਨਮੈਂਟ ਲਈ ਤੁਹਾਨੂੰ ਅਸੀਂ ਇੱਥੇ ਐਵੇਂ ਟੱਪ ਟੁੱਪ ਲਈਦਾ ਦੋ ਮਿੰਟ ਕੋਈ ਇਹ ਅਸੀਂ ਕੋਈ ਇੱਥੇ ਉਹ ਹੈ ਕਿ ਕਹਿੰਦੇ ਮੈਨੂੰ ਕਹਿੰਦਾ ਕਿ ਲੋਕ ਕਹਿਣ ਲੱਗ ਗਏ ਹੈਗੇ ਆ ਕਹਿੰਦੇ ਸ਼ਾਇਦ ਤੇਰੇ ਚਾਂਸ ਮੰਨਣ ਮੈਂ ਹੱਸਦਾ ਰਹਿੰਦਾ ਮਾਮਾ ਹੁਣ ਚਾਂਸ ਬਣਾਉਣੇ ਅਸੀਂ ਹੈਂ ਪਹਿਲੇ ਸਾਡੇ ਕੋਲ ਚਾਂਸ ਸੀਗੇ ਤਾਂ ਹੁਣ ਵੀ ਚਾਂਸ ਹੈਗੇ ਆ ਅਸੀਂ ਕਹਿੰਦੇ ਹਾਂ ਹਰ ਆਦਮੀ ਐਕਟਰ ਆ ਹਰ ਆਦਮੀ ਕਲਾਕਾਰ ਆ ਔਰ ਹਰ ਆਦਮੀ ਨੇ ਇੰਜੋਏ ਕਰਨਾ ਚਾਹੀਦਾ ਵਾ ਕੁਛ ਵੀ ਨਹੀਂ ਹੈਗਾ ਬਸ ਤੁਸੀਂ ਸੋਚਦੇ ਸਭ ਤੋਂ ਬੜਾ ਰੋਕ ਕਿਆ ਕਹੇਗੇ ਲੋਕ ਹੁਣ ਵਾਲੇ ਬੰਦੇ ਨੂੰ ਕਹੀਏ ਭਾਈ ਨੱਚ ਚੱਲਣਗੇ ਦਿਖਾਏ ਯਾਰ ਇੱਧਰ ਆਹ ਬੰਦੇ ਬੈਠੇ ਹੈਗੇ ਅੱਧ ਰਹਿ ਦੂਜੇ ਪਾਸੇ ਇਹ ਨੱਚ ਲੈਣਗੇ ਇਹ ਨਹੀਂ ਨੱਚ ਸਕਦੇ ਹੁਣ ਬੰਟੀ ਕਹਿੰਦਾ ਬੰਟੀ ਤੂੰ ਨੱਚ ਲੈ ਬੰਟੀ ਕਹਿੰਦਾ ਮੈਂ ਵੀ ਨਹੀਂ ਨੱਚਣਾ ਹੈਗਾ ਕਹਿੰਦਾ ਸੰਗ ਲੱਗਦੀ ਹੈ ਮੈਨੂੰ ਮੈਂ ਕਿਹਾ ਵਿਆਹ ਵੂਹੀ 'ਤੇ ਨੱਚ ਲੈਂਦਾ ਤੂੰ ਵਿਆਹ ਵੂਹੀ 'ਤੇ ਤਾਂ ਨੱਚ ਲੈਂਦਾ ਤੂੰ ਕਹਿੰਦਾ ਉਹ ਜ਼ਬਰਦਸਤੀ ਲੋਕ ਧੱਕਾ ਦੇ ਕੇ ਨੱਚਾ ਦਿੰਦੇ ਮੈਨੂੰ ਹੁਣ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ ਆਪਣੇ ਕੰਮ ਦੀ ਨਿਕਲਣ ਲੱਗੇ ਹਾਂ ਇੱਥੋਂ ਹੈਂ ਅਤੇ ਡੇਰੇ 'ਤੇ ਅਸੀਂ ਖੜ੍ਹੇ ਹੈਗੇ ਹਾਂ ਸਾਰੇ ਰੱਬ ਵੀ ਇੱਥੇ ਨੇ ਮੱਖੀਆਂ ਮੱਛਰ ਵੀ ਇੱਥੇ ਨੇ ਬੜਾ ਲੋਕ ਸੋਚਦੇ ਹੈਗੇ ਆ ਜਿਹੜੇ ਦਫ਼ਤਰਾਂ 'ਚ ਬੈਠੇ ਆ ਨਾ ਇੱਧਰ ਹਾਲਾਤ ਦੇਖ ਲਓ ਦਫ਼ਤਰ 'ਚ ਤਾਂ ਹਰ ਕੋਈ ਬਹਿ ਜਾਊਗਾ ਏ ਸੀ 'ਚ ਹਰ ਕੋਈ ਬਹਿ ਜਾਊਗਾ ਗਰਮੀ 'ਚ ਇੱਥੇ ਖੜ੍ਹ ਕੇ ਵੇਖੋ ਤਾਂ ਪਤਾ ਲੱਗਦਾ ਵਾ ਸਭ ਨੂੰ ਨੇਵਲੇ ਤੋਂ ਡਰ ਹੁੰਦਾ ਨੇਵਲੇ ਨੂੰ ਸਭ ਤੋਂ ਡਰ ਹੁੰਦਾ ਦੋਵਾਂ ਨੂੰ ਇੱਕ ਦੂਜੇ ਤੋਂ ਡਰ ਪਿਆ ਰਹਿੰਦਾ ਜਾਨਵਰ ਦੇਖੋ ਇੱਕ ਦੂਜੇ ਦੇ ਕਿਵੇਂ ਜਾਣੀ ਕਿ ਸ਼ਿਕਾਰ ਕਰਦੇ ਨੇ ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ ਚਿੜੀਆਂ ਚਹਿਚਾ ਰਹੀਆਂ ਨੇ ਪਤਾ ਨਹੀਂ ਕਦੋਂ ਆਵਾਜ਼ ਨਹੀਂ ਆਉਣਾ ਚਪਟਾ ਮਾਰ ਕੇ ਲੈ ਜਾਣਾ ਯਾਰ ਜ਼ਿੰਦਗੀ ਨਾ ਇਨਸਾਨੀਅਤ ਜੋ ਹੈ ਮਾਨਵਤਾ ਜੋ ਹੈ ਅਗਰ ਆਪਕੋ ਭਗਵਾਨ ਨੇ ਅਗਰ ਦਿਮਾਗ ਦਿਆ ਹੈ ਤੋ ਹਰ ਆਪਣਾ ਜੋ ਦੇਸ਼ ਕਾ ਨਾਗਰਿਕ ਹੈ ਨਾ ਉਸੇ ਪਿਆਰ ਕਰੋ ਔਰ ਆਪਣੇ ਦੇਸ਼ ਕੇ ਬਾਰੇ ਸੋਚੋ ਔਰ ਜੇ ਆਪਕੀ ਯਾਤਰਾ ਜੋ ਹੈ ਤਾਂ ਵੀ ਸਫਲ ਹੋਗੀ ਜਬ ਆਪ ਦੂਸਰੋ ਕੇ ਲਈ ਅੱਛਾ ਸੋਚੋਗੇ ਇੱਕ ਦੂਸਰੇ ਲਈ ਅੱਛਾ ਸੋਚਣਾ ਸ਼ੁਰੂ ਕਰ ਦਿਓ ਤਾਂ ਆਪਕੀ ਯਾਤਰਾ ਸਫਲ ਹੋ ਜਾਏਗੀ ਕਿਉਂਕਿ ਮਾਰੇ ਜੋ ਜਿਤਨੇ ਵੀ ਸਾਧੂ ਮਹਾਤਮਾ ਹੈ ਜਿਤਨੇ ਵੀ ਲੋਕ ਹੈ ਕੋਈ ਵੀ ਬਾਤੇ ਨਹੀਂ ਬਤਾਤਾ ਨਾ ਸਕੂਲ ਮੈਂ ਮਾਸਟਰ ਜੀ ਬਤਾਤੇ ਹੈ ਨਾ ਡਾਕਟਰ ਜੀ ਬਤਾਤੇ ਹੈ ਡਾਕਟਰ ਜੀ ਕਹਤੇ ਪਹਿਲੇ ਫੀਸ ਲਾਓ ਮਾਸਟਰ ਜੀ ਕਹਤੇ ਪਹਿਲੇ ਟਿਊਸ਼ਨ ਫੀਸ ਲਾਓ ਨੇਤਾ ਜੀ ਕਹਤੇ ਪਹਿਲੇ ਮੇਰੇ ਕੋ ਭਈਆ ਵੋਟ ਦੋਗੇ ਜਾਂ ਨਹੀਂ ਦੋਗੇ ਹਰ ਕੋਈ ਇੱਕ ਦੂਸਰੇ ਕੋ ਯਾਨੀ ਕਿ ਉੱਲੂ ਬਣਾਉਣੇ ਮੇਂ ਬੇਵਕੂ ਬਣਾਉਣੇ ਮੇਂ ਲੁੱਟਣੇ ਮੇਂ ਲਗਾ ਹੁਆ ਹੈ ਲਗਾ ਹੁਆ ਹੈ ਲੁੱਟਣੇ ਮੇਂ ਲੁੱਟ ਜਾਏਂਗੇ ਸਭ ਇਹ ਔਰ ਜੋ ਲੁੱਟਣੇ ਵਾਲਾ ਹੋਤਾ ਹੈ ਵੋ ਵੀ ਲੁੱਟ ਜਾਤਾ ਹੈ ਖਤਮ ਹੋ ਜਾਤਾ ਹੈ ਜੋ ਜਿਸ ਕੋ ਲੁੱਟ ਰਿਹਾ ਵੋ ਵੀ ਤਾਂ ਖਤਮ ਹੋ ਗਈ ਹੋਗਾ ਦੋਨੋਂ ਖਤਮ ਹੋ ਜਾਤੇ ਜੇ ਜ਼ਿੰਦਗੀ ਐਸੇ ਖਤਮ ਹੋਤੀ ਹੈ ਤੇਰੀ ਵੀ ਲਾਲਾ ਖਤਮ ਹੋ ਜਾਏਗੀ ਜਿਸ ਕੋ ਤੂੰ ਲੁੱਟ ਰਿਹਾ ਉਸਕੀ ਵੀ ਖਤਮ ਹੋ ਜਾਏਗੀ ਜਾਂ ਕੁੱਤੇ ਕੀ ਵੀ ਖਤਮ ਹੋ ਜਾਏਗੀ ਕੁੱਤਾ ਵੀ ਦਿਖਾ ਦੇ ਜੇ ਵੀ ਚਲਾ ਜਾਏਗਾ ਆਤੇ ਹੈ ਚਲੇ ਜਾਤੇ ਹੈ ਜਾਨਵਰ ਵੀ ਆਤੇ ਚਲੇ ਜਾਤੇ ਹੈ ਪੰਛੀ ਵੀ ਆਤੇ ਚਲੇ ਜਾਤੇ ਹੈ ਔਰ ਇਨਸਾਨ ਵੀ ਆਤਾ ਚਲਾ ਜਾਤਾ ਹੈ ਬਸ ਐਸੇ ਹੀ ਖੇਲ ਕੂਦ ਕੇ ਟਪੂਸੀਆਂ ਮਾਰ ਕੇ ਜਾਨਵਰ ਪੁਰਾਣੇ ਜੋ ਚਲੇ ਜਾਤੇ ਹੈ ਐਸੇ ਇਨਸਾਨ ਚਲਾ ਜਾਤਾ ਹੈ ਅਰੇ ਸੋਚ ਬਦਲੋ ਸਮਾਜ ਬਦਲ ਜਾਏਗਾ ਬਾਤੇ ਜਿਤਨੀ ਮਰਜ਼ੀ ਕਰਦੀ ਰਹੋ ਜੇ ਬਾਤੇ ਆਪਕੋ ਕੋਈ ਮੰਦਰ ਮੈਂ ਗੁਰਦੁਆਰੇ ਮੈਂ ਕਹੀਂ ਧਾਰਮਿਕ ਸਥਾਨ ਮੈਂ ਚਰਚ ਮੈਂ ਨਹੀਂ ਬਤਾਈ ਜਾਏਗੀ ਜਾਂ ਜਹੀ ਹਮ ਲੋਕ ਬਤਾ ਸਕਤੇ ਹੈ ਜਿਸ ਦਿਨ ਆਪਕੀ ਸੋਚ ਬਦਲ ਗਈ ਨਾ ਜੇ ਦੇਸ਼ ਬਦਲ ਜਾਏਗਾ ਵਰਨਾ ਕੁਛ ਨਹੀਂ ਬਦਲਣੇ ਵਾਲਾ ਬਸ ਜੇ ਹਾਲਾਤ ਐਸੇ ਹੀ ਰਹੇਗੇ ਯਾਰ ਜਬ ਤੱਕ ਲੋਕੋ ਕੀ ਸੋਚ ਨਹੀਂ ਬਦਲੇਗੀ ਯਾਰ ਉਮਰ ਕਿਤਨੀ ਹੋਤੀ ਹੈ ਕਹਾਂ ਪਰ ਅਕਲ ਹੋਤੀ ਹੈ 20 ਸਾਲ 40 ਸਾਲ 60 ਸਾਲ ਬਸ ਖਤਮ ਹੈ ਕਿਤਨੀ ਹੈ ਔਰ 60 ਸਾਲ ਮੈਂ ਤਾਂ ਜੇ ਅੰਗਰੇਜ਼ਾਂ ਨੇ ਪਹਿਲੇ ਕਹਿ ਦਿਆ ਤਾਂ ਭਈਆ ਇਨਕੇ ਟਾਈਪ ਪਰ ਹੱਥ ਚੱਲਣੇ ਬੰਦ ਹੋ ਗਏ ਜੋ ਕਲਰਕ ਰੱਖੇ ਹੋਏ ਥੇ ਇੰਡੀਆ ਕੇ ਲੋਕ ਕਹਿਤੇ ਅਬ ਇਨਕੇ ਪਾਸ ਟਾਈਪ ਨਹੀਂ ਹੋਤੀ ਤਾਂ ਕਹਿਤੇ ਇਨਕੋ ਭਈਆ ਰਿਟਾਇਰ ਕਰ ਦੋ 80 ਅਬ 58 ਤਾਂ ਵੀ ਰੱਖੀ ਥੇ ਨਾ ਉਹਨੇ ਅੰਗਰੇਜ਼ਾਂ ਨੇ ਵੀ ਆਦਮੀ ਜਿਹੜਾ ਆਪ ਕੰਮ ਨਹੀਂ ਕਰ ਸਕਦਾ ਵੋ 58 ਸਾਲ ਕੀ ਉਮਰ ਮੇਂ ਰਿਟਾਇਰਮੈਂਟ ਅੰਗਰੇਜ਼ਾਂ ਨੇ ਕਿਹਾ ਥਾ ਜੇ ਯਾਰ ਉਮਰ ਤਾਂ ਬੰਦਾ ਤਾਂ 80 ਸਾਲ ਤੱਕ ਕੰਮ ਕਰਦਾ ਰਹਿੰਦਾ ਜਿਸ ਮੇਂ ਕਰੰਟ ਹੋਤਾ ਹੈ ਜਿਸ ਮੇਂ ਹਿੰਮਤ ਹੋਤੀ ਹੈ ਉਹ ਜੋ ਦਿਲ ਛੋੜ ਦਿੱਤਾ ਚਾਹੇ ਵੋ 30 ਸਾਲ ਕੀ ਉਮਰ ਮੇਂ ਛੋੜ ਦੇ 40 ਸਾਲ ਕੀ ਉਮਰ ਮੇਂ ਛੋੜ ਦੇ ਚਲੋ ਬਾਤ ਤਾਂ ਹਮਨੇ ਕਹੀਂ ਸੇ ਸ਼ੁਰੂ ਕੀ ਥੀ ਅਭੀ ਕਹੀਂ ਜਾ ਕੇ ਖਤਮ ਹੋ ਗਈ ਪਤਾ ਨਹੀਂ ਬਾਕੀ ਦੂਸਰੀ ਬਾਤ ਹਮ ਕਰਤੇ ਹੈ ਇਹ ਚੈਨਲ ਸਬਸਕ੍ਰਾਈਬ ਕਰ ਦੋ